ਇਹਦੀ ਕਿਸਮਤ ਵੀ 53-57 ਤੇ ਜ਼ਿਆਦਾ। ਤੁਹਾਨੂੰ ਆਪਣਾ ਵਲੌਗ ਦੇਖ ਕੇ ਮਜ਼ਾ ਜ਼ਰੂਰ ਆਊਗਾ ਅੱਜ। ਹੈਂ ਇਹ ਏਰੀਆ ਨਾ ਕੋਈ ਕੋਈ ਦਿਖਾਉਂਦਾ ਵਾ, ਕੁਛ ਵੀ ਕਰਾਉਣਾ ਸਭ ਤੋਂ ਪੁੱਛ ਲੈਖੋ। ਵਿਰਾਟ ਕੋਹਲੀ ਸਾਹਿਬ ਕੰਮ ਕਰਦਿਆਂ ਦੀ ਵਿਚਾਰਿਆਂ ਦੀ, ਤੇ ਫਿਰ ਵੀ ਆਪਦੇ ਪਰਿਵਾਰ ਨੂੰ ਨਾ ਮਿੱਠਿਆ ਨਾ ਦੇਖਿਆ ਕਿੱਥੇ ਚੱਲੇ ਲੋ ਵੀ ਮਿੱਤਰੋ, ਤੇ ਸਵਾਗਤ ਕਰਦੇ ਆ ਤੁਹਾਡਾ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਤੇ ਅੱਜ ਤੁਹਾਨੂੰ ਦਿਖਾਉਣਾ ਆਪਾਂ ਦੁਬਈ ਦਾ ਸਤਵਾ ਏਰੀਆ, ਹੈ ਨਾ? ਨਹੀਂ, ਹਾਂ ਸੋਨਾਪੁਰ, ਸੋਨਾਪੁਰ। ਹਾਂ ਮੈਂ ਸਤਵਾ ਤੇ ਸੋਨਾਪੁਰ ਚ ਕਨਫਿਊਜ਼ ਹੋ ਜਾਂਦਾ ਆਲਵੇਜ਼, ਇਹ ਸਾਰੇ ਜੀ ਹੋ ਜਾਂਦਾ ਹੈ। ਇਹਨੂੰ ਨਹੀਂ ਪਤਾ ਲੱਗਦੇ ਰਾਹ ਹੋ ਗਿਆ, ਮੇਰੀ ਨਹੀਂ ਪਤਾ ਲੱਗਦਾ ਯਾਰ ਐਵੀ ਮਨੀ। ਮੈਂ ਦੱਸ ਇੱਥੇ ਹੀ ਘੁੰਮਦਾ ਮੈਂ ਆਪਣੇ ਮਜ਼ਾਕ ਉਡਾਉਂਦਾ ਇਹ ਮੇਰਾ, ਐਵੀਂ ਗੱਡੀ ਵੀ ਮੈਂ ਚਲਾਉਣਾ, ਰੋਡ ਮੈਂ ਦੇਖਦਾ, ਸਾਰਾ ਕੁਛ ਐਵੇਂ ਪਹੁੰਚ ਜਾਂਦਾ ਮੈਂ ਸਹੀ ਸਹੀ ਟਿਕਾਣਿਆਂ ਤੇ। ਦਿਖਾਉਣੇ ਦੁਬਈ ਦਾ ਕਚਰੇ ਦਾ ਢੇਰ, ਪਹਾੜ ਹੀ ਬਣਾਇਆ ਪਿਆ ਨੇ। ਆਪਣੇ ਵੀ ਹੈਗਾ ਦਿੱਲੀ, ਦਿੱਲੀ ਨੂੰ ਜਾਂਦੇ ਉਹ ਚ ਰਾਹ ਚ ਆਉਂਦਾ ਵਾ ਕਚਰੇ ਦਾ ਢੇਰ ਦੂਰੋਂ ਪੈਣ ਤੋਂ। ਮੈਂ ਆਪਣੇ ਦਿੱਲੀ ਜਾਂਦਿਆਂ ਨੂੰ ਵੀ ਹੈਗਾ ਕਚਰੇ ਦਾ ਢੇਰ, ਉਹ ਮੈਂ ਦੂਰੋਂ ਪਤਾ ਲੱਗ ਜਾਂਦਾ ਵੀ ਹਾਂ ਉਹ ਕਚਰਾ ਹੀ ਆ। ਇਹਨੂੰ ਦੇਖ ਕੇ ਅਗਲੇ ਨੂੰ ਦੱਸਣਾ ਪੈਂਦਾ ਬਈ ਇਹ ਕਚਰੇ ਦਾ ਢੇਰ ਆ, ਲੇਕਿਨ ਇਹ ਰੀਸਾਈਕਲ ਇੰਨਾ ਸੋਹਣਾ ਕੀਤਾ ਹੈ ਨਾ, ਫਿਲ ਕਰ ਕਰਕੇ ਇਹਨਾਂ ਨੇ ਆਪਦਾ ਬਣਾ ਕੇ ਉਧਰ ਨੂੰ ਨਜਾਮ ਰੱਖਿਆ। ਡੰਪਿੰਗ ਏਰੀਆ, ਡੰਪਿੰਗ ਯਾਰਡ ਵੀ ਰਾਈਡ ਆ ਰਸ਼। ਤੇ ਹੁਣ ਆ ਗਏ ਆਪਾਂ ਸੋਨਾਪੁਰ, ਸੋਨਾਪੁਰ ਦੀਆਂ ਗਲੀਆਂ 'ਚ ਕੈਂਪ ਏਰੀਆ, ਇੱਥੇ ਸੋਨਾਪੁਰ ਐਨ ਇੱਥੇ ਮਾਹੌਲ ਲੱਗਦਾ ਵਧੀਆ ਤਰੀਕੇ ਨਾਲ। ਤੂੰ ਕਦੇ ਕੈਂਪ ਲਾਈਫ ਜਿਉਂ ਆ, ਕਦੇ ਇੰਜੋਏ ਕੀਤਾ, ਕਦੇ ਸਪੈਂਡ ਕੀਤਾ ਆਪਦਾ ਟਾਈਮ ਉੱਥੇ? ਕੁਛ ਕੁ ਮਹੀਨੇ, ਇੱਕ ਦੋ ਮਹੀਨੇ ਬਸ। ਆ ਜੇ ਤੁਹਾਨੂੰ ਕੈਂਪ ਦਿਖਾਵਾਂ ਮੈਂ, ਆਹ ਕੈਂਪ ਆ, ਇੱਦਾਂ ਐਵੇਂ ਇਹ ਹੁੰਦਾ ਕੈਂਪ। ਇਹ ਇੱਥੇ ਜਿਹੜੇ ਵਰਕਰ ਹੁੰਦੇ ਆ, ਲੇਬਰ ਹੁੰਦੀ ਆ ਦੁਬਈ ਦੀ, ਹੈ ਨਾ, ਇਹਨਾਂ ਦੇ ਵਿੱਚ ਔਰ ਉਹਨਾਂ ਮਤਲਬ ਰਹਿੰਦੇ ਆ। ਕੰਪਨੀ ਜਿਵੇਂ ਹਾਇਰ ਕਰ ਲੈਂਦੀ ਆ, ਇੱਕ ਰੈਂਟ 'ਤੇ ਕਰ ਲੈ ਖਰੀਦ ਲੈਂਦੀ ਆ, ਹੈ ਨਾ,
ਤੇ ਇਦਾਂ ਦੇ ਤੁਹਾਨੂੰ ਦਿੰਦਾ ਹੋਣਾ ਇੱਕ ਉਹ ਬੰਦਾ ਖੜਾ ਕੈਂਪ ਤੇ ਇੱਥੇ ਹਾਇਰ ਕਰਕੇ ਮਤਲਬ ਰੈਂਟ 'ਤੇ ਲੈ ਕੇ ਆਪਦੀ ਕੰਪਨੀ ਜਿਵੇਂ ਸਾਡੇ ਕਿਸੇ ਕੰਪਨੀ ਦਾ 100 ਬੰਦਾ ਹੋਵੇ 50 ਬੰਦੇ ਆ ਉਹਨਾਂ ਨੂੰ ਇੱਥੇ ਫਿਰ ਸ਼ਿਫਟ ਕਰ ਦਿੰਦੇ ਆ ਅਤੇ ਇੱਕ ਰੂਮ ਦੇ ਵਿੱਚ ਚਾਰ ਚਾਰ ਬੰਦੇ ਅਤੇ ਕਈਆਂ 'ਤੇ 6-6 ਵੀ ਹੁੰਦੇ ਆ ਪਹਿਲਾਂ 10-10 ਵੀ ਰੱਖ ਦਿੰਦੇ ਸੀ ਹੁਣ ਤਾਂ ਮਿਊਨਸੀਪਾਲਿਟੀ ਅਲਾਓ ਨਹੀਂ ਕਰਦੀ ਉਹਨਾਂ ਨੂੰ ਲੇਕਿਨ ਹੁਣ 4 ਹੀ ਅਲਾਊਡ ਐਸ ਪਰ ਰੂਮ ਸਾਈਜ਼ ਦੱਸਿਆ ਹੋਇਆ ਆ ਜਾ ਵੀ ਹੁਣ ਐਂਟਰ ਕਰ ਚੱਲਿਆ ਦਿਖਾਉਂਦੇ ਤੁਹਾਨੂੰ ਮਾਹੌਲ ਬੱਸਾਂ ਖੜ੍ਹੀਆਂ ਦਿਖਾਉਂਦੇ ਸਕੂਲ ਦੀਆਂ ਬੱਸਾਂ ਪਤਾ ਬੰਦੇ ਨੇ ਐਂਟਰ ਹੋਣਾ ਛੁੱਟੀ ਆ ਮੂਹਰੇ ਵੀਕਐਂਡ ਆਫ ਆਪਦਾ ਇੰਜੋਏ ਕਰਦੀ ਦੁਨੀਆ ਕੱਲਾ ਜਿਹਾ ਰੈਸਟੋਰੈਂਟ ਹੈ ਕਿੰਨਾ ਚੱਲਦਾ ਲੇਬਰ ਏਰੀਆ ਲੇਬਰ ਸੋਨਾਪੁਰ ਉਹ ਬੱਸ ਦੇ ਭਰੀ ਹੋ ਜਾਂਦੀ ਦਾਲਾਂ ਛਾਲਾਂ ਚਿਕਨ ਮਟਨ ਬਣਨਾ ਤੇ ਪੈਗ ਸ਼ੈਗ ਨਾਲ ਚੱਲਣੇ ਆ ਆਪਦਾ 2 ਦਿਨ ਇੰਜੋਏ ਕਰਨਗੇ ਕੁੱਟ ਕੇ ਵਧੀਆ ਤੇ ਉਸ ਤੋਂ ਬਾਅਦ ਫੇਰ ਡਿਊਟੀਆਂ ਤੇ ਜੁੜ ਜਾਣਾ ਜਾ ਕੇ ਸਾਰੇ ਜਿਹੜੇ ਬੰਦੇ ਖੜੇ ਆ ਜਿਹੜੇ ਯਾਨੀ ਕਿ ਪੈਦਲ ਜਾ ਰਹੇ ਹਨ ਅਸਲੀ ਇਹ ਭਲਾ ਦੀ ਕੀ ਕਰਨ ਮਤਲਬ ਸਾਰੇ ਨੀ ਕੋਈ ਸਬਜ਼ੀ ਬੂਟੀ ਖਰੀਦਣ ਜਾ ਰਿਹਾ ਹੋਊ ਅੱਧ ਚ ਪਾਉਣਗੀਆਂ ਗਾਣੀਆਂ ਦਾਰੂ ਪੀ ਕੇ ਨੱਚਦਾ ਅੱਜ ਕੈਂਪਾਂ ਚ ਦਾਰੂ ਨੱਚੂ ਦਾਰੂ ਕਿੰਨੀ ਪੀਣੀ ਇਹਨਾਂ ਨੇ ਦਾਰੂ ਨੱਚਣੀ ਅੱਜ ਦਾਰੂ ਤੁਹਾਨੂੰ ਪ੍ਰੋਪਰ ਨਾਲ ਬਣੇ ਰਹੋ ਆ ਗਲੀਆਂ ਤੁਹਾਨੂੰ ਇਹ ਦੁਬਈ ਦੀਆਂ ਲੋਕੀ ਵੱਡੀਆਂ ਵੱਡੀਆਂ ਇਮਾਰਤਾਂ ਬਿਲਡਿੰਗਾਂ ਦਿਖਾਉਂਦੇ ਆ ਤੇ ਆਹ ਤੁਹਾਨੂੰ ਕੈਂਪ ਏਰੀਆ ਦਿਖਾ ਰਹੇ ਆ ਜਿਹਦੇ ਵਿੱਚ ਸੋਨਾਪੁਰ ਦਾ ਇੱਥੇ ਇੱਕ ਹੋਰ ਗੱਲ ਆ ਤੇ ਇੱਥੇ ਖਾਣ ਪੀਣ ਨੂੰ ਦੂਜੇ ਏਰੀਆ ਨਾਲੋਂ ਬਹੁਤ ਸਸਤਾ ਮਿਲਦਾ ਹਾਂ ਵਧੀਆ ਟੇਸਟ ਕੁਆਲਿਟੀ ਵਧੀਆ ਮਿਲਦਾ ਵਾ ਇਹੋ ਜਿਹਾ ਨੀਗਾ ਮਾੜਾ ਮਿਲਦਾ ਜੇ ਸਸਤਾ ਵਾ ਲੇਬਰ ਕਰਕੇ ਏਰੀਆ 'ਚ ਸਸਤਾ ਬਹੁਤ ਮਿਲਦਾ ਮਾਰਕੀਟਾਂ ਉਹੀ ਅਤਲਾਲ ਮਾਰਕੀਟ ਲੁੱਲੂ ਮਾਰਕੀਟ ਉਹੋ ਜਿਹੀਆਂ ਸੁਪਰ ਮਾਰਕੀਟਸ ਨੇ ਬਟ ਉਹਦੇ ਵਿੱਚ ਸਮਾਨ ਬਹੁਤ ਸਸਤਾ ਹੁੰਦਾ ਸੇਲ ਲੱਗੀ ਹੁੰਦੀ ਆ ਹਰ ਟਾਈਮ ਇਹ ਫਾਇਦਾ ਏਰੀਆ ਦਾ ਚਲੋ ਮਿਲਦਾ ਫਿਰ ਤੁਹਾਨੂੰ ਅਗਲੇ ਵਾਲੇ ਸਟੇਸ਼ਨ ਤੇ ਵੀ ਕੀ ਕਹਾਣੀ ਹੈ ਫਿਰ ਦਿਖਾਉਣਾ ਤੁਹਾਨੂੰ ਲੇਕਿਨ ਕੈਮਰਾ ਨਹੀਂ ਬੰਦ ਕਰਦੇ ਤੁਹਾਨੂੰ ਮਾਹੌਲ ਭਚੀਕੜਖਾਨਾ ਦਿਖਾਉਣੇ ਆ ਪੂਰਾ ਗਾਹ ਪਿਆ ਹੋਇਆ ਤੇ ਆਹ ਦੇਖੋ ਇੱਧਰ
ਲਾ ਕੇ ਗੱਡੀਆਂ ਹਿੱਲਣੀਆਂ ਨੀ ਸੋਮਵਾਰ ਤੱਕ ਜਿਹੜੀਆਂ ਜਿਹੜੀਆਂ ਅੱਜ ਲੱਗ ਗਈਆਂ ਇੱਥੇ ਪਾਰਕਿੰਗ ਲਈ ਮਾਰੋ ਕਾਰਟ ਚੱਲਣੀ ਅੱਜ ਪੈਂਦਾ ਹੈਗਾ ਪੂਰਾ ਬਾਈ ਨਾ ਨਾ ਮਿੱਠਿਆ ਨਾ ਦੇਖਿਆ ਗੱਡੀ ਚ ਬਾਈ ਬੰਗਾਲੀ ਬੰਗੂਲੀ ਫੇਰ ਡਰ ਲਾਤਾ ਬੰਗਾਲੀ ਬੰਗਾਲੀ ਐਕਸੀਡੈਂਟ ਕਰ ਕੀ ਰੋਕਦਾ ਨਹੀਂ ਨਹੀਂ ਰੁਕਣੀ ਐਕਸੀਡੈਂਟ ਕਰ ਕੀ ਰੋਕਦਾ ਬੰਗਾਲੀ ਆਈਸ਼ਾ ਮੈਂ ਪੂਰਾ ਕੈਮਰਾ ਘੁਮਾ ਕੇ ਦਿਖਾ ਲਿਆ ਉਹ ਵੀ ਹੁਣੇ ਆ ਵੇਚਣ ਵਾਲੇ ਉਹ ਵੀ ਦਿਖਾਉਂਦੇ ਆ ਹਿਸਾਬ ਕਿਤਾਬ ਬੋਲਣਾ ਨਹੀਂ ਆ ਸਮਝਣ ਵਾਲੇ ਸਮਝਣਗੇ ਕਿੱਥੇ ਬਣਾਇਆ ਪੂਰਾ ਸਵੇਰ ਨੂੰ ਤਾਂ ਰਸ਼ ਪਾਉਂਦੇ ਆ ਕਿਆ ਕਰ ਲਿਆ ਹੈ ਬਾਈ ਹਾਂ ਆਏ ਰੁਪਿਆ ਡਿੱਗਣਾ ਚਾਹੀਦਾ ਸੀ ਮੈਂ ਨਾ ਬਿਜ਼ਨਸ ਜਿਵੇਂ ਅਟਨੋਕ ਦੇ ਮੀਟਰਾਂ ਤੇ ਡਿੱਗਦਾ ਕਿਸ ਦਿਨ ਕੈਂਪਾਂ ਦਾ ਅੰਦਰੋਂ ਦਿਖਾਉਣਾ ਕਿਸੇ ਯਾਰ ਦੋਸਤ ਬਣਾ ਕੇ ਅੰਦਰ ਹਾਂ ਕੈਂਪਾਂ ਮਤਲਬ ਅੰਦਰ ਅੱਗੇ ਉਹਦੇ ਅੰਦਰ ਦੇਖਿਆ ਤੁਹਾਨੂੰ ਜ਼ੂਮ ਕਰਕੇ ਦਿਖਾ ਦਾਂ ਮੈਂ ਉਹ ਪਾਇਆ ਕੱਪੜੇ ਹਨ ਕੀ ਗਾ ਪਿਆ ਸੀ ਕਿਸੇ ਯਾਰ ਦੋਸਤ ਨੂੰ ਆਪਾਂ ਮਿਲਣ ਚੱਲਾਂਗੇ ਫਿਰ ਆਪਾਂ ਦਿਖਾਵਾਂਗੇ ਵੀ ਹਾਂ ਹਿਸਾਬ ਕਿਤਾਬ ਚੱਲ ਕਮੈਂਟ ਤਾਂ ਕੋਈ ਕਰਦਾ ਨੀ ਅਸੀਂ ਆਪ ਹੀ ਬਣਾ ਲਾਂਗੇ ਸਲੀਮੇ ਕਈਆਂ ਦੀ ਜ਼ਿੰਦਗੀ ਨਿਕਲ ਗਈ ਹੈ ਕੰਮ ਕਰਦਿਆਂ ਦੀ ਵਿਚਾਰਿਆਂ ਦੀ ਤੇ ਫਿਰ ਵੀ ਆਪਦੇ ਪਰਿਵਾਰ ਨੂੰ ਤੰਦਰੁਸਤ ਰੱਖਣ ਲਈ ਖਰਚਾ ਚੱਕਣ ਲਈ ਪਰਿਵਾਰ ਨੂੰ ਪਾਲਿਆ ਜਾਂਦਾ ਜਦੋਂ ਇੱਥੋਂ ਬੰਦਾ ਬੁੱਢਾ ਹੋ ਕੇ ਜਿਹੜੇ ਵੱਡੇ ਜ਼ਿਆਦਾ ਐਵਰੇਜ ਕੇਸ ਜਿਹੜੇ ਹੈਗੇ ਨੇ ਬੰਦਾ ਇੱਥੋਂ ਬੁੱਢਾ ਹੋ ਕੇ ਜਾਂਦਾ ਲੇਕਿਨ ਉਹਨੂੰ ਉੱਥੇ ਜਾਂਦੇ ਨੂੰ ਉਹੋ ਜਿਹੀ ਇੱਜ਼ਤ ਨਹੀਂ ਮਿਲਦੀ ਉਹੋ ਜਿਹੀ ਵੈਲਿਊ ਨਹੀਂ ਮਿਲਦੀ ਠੀਕ ਆ ਲੇਕਿਨ ਇੱਥੇ ਸਾਰੀ ਜ਼ਿੰਦਗੀ ਬੰਦਾ ਲੋਕ ਮਤਲਬ ਗੁਲਾਮੀ ਕਰਕੇ ਮਿਹਨਤ ਕਰਕੇ ਹਾਰਡ ਵਰਕ ਕਰਕੇ ਇੱਥੇ ਕੱਢ ਕੇ ਜਾਂਦਾ ਵਾ ਸਿਰਫ ਆਪਦੇ ਜਵਾਕਾਂ ਨੂੰ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਦੀ ਕਰਕੇ ਆਹ ਦੇਖੋ ਵੀ ਕੈਂਪ ਏਰੀਆ ਆ ਗਿਆ ਤੇ ਆਏਗੀ ਆ ਮਦੀਨਾ ਮਾਰਕੀਟ ਸਲੀਮ ਉੱਥੋਂ ਫਿਰ ਯੂਟਾਂ ਜੇ ਲੈਣਾ ਪੈਣਾ ਤੈਨੂੰ ਕਿਉਂ ਪੈਂਦੀ ਆ ਧਾਕਾ ਹਾਂ ਲਓ ਜੀ ਵਿਰਾਟ ਕੋਹਲੀ ਸਾਹਿਬ ਹੋਣੀ ਆ ਰਹੇ ਵਿਰਾਟ ਕੋਹਲੀ ਸਾਹਿਬ ਵਿਰਾਟ ਕੋਹਲੀ ਵਰਗਾ ਬਣਾ ਕੇ ਕੱਢਣਗੇ ਪੰਜ ਦਰਾਮ ਚ ਬਾਬਰ ਆਜ਼ਮ ਲੱਗੇ ਹੋਏ ਬੰਦੇ ਪੂਰੇ ਵਧੀਆ ਤਰੀਕੇ ਨਾਲ ਇੱਥੇ ਤੂੰ ਆਇਆ ਕਿਉਂ ਆ ਮੈਨੂੰ ਇਹ ਤਾਂ ਦੱਸ ਕਿਹੜੀ ਚੀਜ਼ ਆ ਗੋਲਡ ਲੈਣਾ ਗੋਲਡ ਉਹਨੇ ਦਾ ਹੀ ਮਿਲੂਗਾ ਗੋਲਡ ਲਓ ਜੀ ਆਹੋ ਇਹਨਾਂ ਗੱਲ ਅਸਲੀ ਤੁਸੀਂ ਕੁਛ ਵੀ ਕਰਾਉਣਾ ਸਭ ਤੋਂ ਪੁੱਛ ਲੈ ਸਹੀ ਗੱਲ ਤੇ ਕਿਤਨੇ ਗਲਤ ਗੁਲਤ
ਹੁਣ ਆਇਆ ਕਿਵੇਂ ਤੂੰ ਇੱਥੇ? ਇਹ ਆਇਆ ਇਹਨਾਂ ਕੋਲੇ, ਇਹ ਤਾਂ ਕੁੜੀ ਆ ਗਈ ਮੂਰੇ, ਚੱਲ ਕੁੜੀ ਤੇ ਨੀ ਮਾਰਦੇ ਆਪਾਂ, ਇਹਨਾਂ ਦੇ ਨੰਬਰ ਦੇਖਣਾ ਜੇ ਵਧੀਆ ਨੰਬਰ ਮਿਲ ਗਿਆ। ਹਾਂ ਇੱਕ ਮਟਾ ਦੇ, ਉਹ ਆਹ ਸਿਮ ਵਾਲੇ ਆ ਨਾ ਇੱਥੇ, ਇਹਨਾਂ ਤੋਂ ਸਿਮ ਲੈਣ ਆਇਆ ਇਹ। ਇਹ ਕਿਉਂ ਇੱਥੇ, ਰੀਜ਼ਨ ਕੀ ਆ ਬਾਈ? ਇੱਕ ਤਾਂ ਸਾਰੇ 20-30 ਦਾ ਵਧੀਆ ਸਿਮ ਦੇ ਦਿੰਦੇ ਆ ਜੀਰੋ ਵਾਲਾ, ਉਹ ਦੇਖਣਾ। ਉਹ ਤੁਹਾਨੂੰ ਪਹਿਲਾਂ ਦੱਸਿਆ ਨਾ ਆਹ ਏਰੀਏ 'ਚ ਵੀ ਸਸਤੀ ਜੀ ਬਹੁਤ ਮਿਲ ਜਾਂਦੀ ਆ, ਅਤੇ ਉਹ ਜੇ ਆਪਾਂ ਨੂੰ ਮਿਲ ਗਿਆ ਤਾਂ ਫਿਰ ਆਪਾਂ ਲੈ ਲਾਂਗੇ। ਚੱਲ ਆ ਜਾ ਫਿਰ। ਖੜੀਏ ਗੱਡੀ ਆਪਣੀ ਆਪਣੇ ਆਫਰ ਖਾਲੀ ਸਿਮ ਦੇ ਦੋ ਬਾਈ। ਇੱਥੇ ਹਰ ਚੀਜ਼ ਅਵੇਲੇਬਲ ਆ ਸੋਨਾ ਕੋਲ, ਕੁਛ ਵੀ ਮਿਲੂਗਾ। ਉਹਨਾਂ ਦਾ ਨੰਬਰ ਆਪਾਂ ਦੇ ਦਿਆਂ ਜੀ ਬਾਈ, ਵਧੀਆ ਕੱਟ। ਅੱਛਾ ਕਿੰਨੇ ਗਏ ਯਾਰ, ਕੀ ਪ੍ਰਾਈਸ ਹੈ ਉਸਕਾ ਸਿਮ ਦਾ? 10 ਦਰਾਮ ਦਾ ਸਿਮ ਹੋਣਾ। ਅੱਛਾ ਬਸ ਯਾਰ ਇੱਕ ਨੰਬਰ ਸਿਲੈਕਟ ਕਰਵਾ ਗਿਆ। ਅੱਛਾ ਤੁਹਾਨੂੰ ਆਪਣਾ ਵਲੌਗ ਦੇਖ ਕੇ ਮਜ਼ਾ ਜ਼ਰੂਰ ਆਊਗਾ ਅੱਜ। ਹੈਂ ਇਹ ਏਰੀਆ ਨਾ ਕੋਈ ਕੋਈ ਦਿਖਾਉਂਦਾ ਵਾ ਇਹ ਜਿਹਾ। ਪੈਕੇਜ ਮਿਲਿਆ ਹੁਣ ਦੱਸ ਦੇ ਜਲਦੀ। ਨੰਬਰ ਪੁਰਾਣਾ ਮਿਲਿਆ। ਹਾਂ ਆਹ ਸਾਰੀ ਗੜਬੜ ਹੋ, ਮਤਲਬ ਇੱਥੇ ਰੱਖਿਆ ਸਮਾਨ ਸਮਾਨ। ਚੱਲ ਖੁਸ਼ ਹਾਂ ਤੂੰ ਤਾਂ। ਕਿੰਨੇ ਸਿਮ ਲੈਣਾ ਯਾਰ ਤੁਹਾਨੂੰ ਦੱਸ ਦੋ, ਬੰਦ ਕਰਾ ਲਈ ਯਾਰ। ਦਸ ਮਿੰਟ ਹੋਏ ਸਾਨੂੰ ਖੜਿਆਂ ਨੂੰ, ਪਸੀਨੋ ਪਸੀਨੀ ਹੋ ਗਏ, ਪਸੀਨੋ ਪਸੀਨੀ। ਅੱਛਾ ਨਵਾਂ ਨੰਬਰ ਮਿਲੇਗਾ ਔਰ ਮਿਲੇਗਾ ਤਾਂ ਨਵਾਂ ਨੰਬਰ ਆਇਆ। ਕਿੰਨੇ ਸਿਮ ਚਾਹੀਦੇ? ਦੋ ਲਊਂਗਾ। 10 ਦਰਾਮ ਦੀ ਗੱਲ ਆ ਯਾਰ ਬਾਈ, ਵਾਰੀ ਵਾਰੀ ਨੰਬਰ ਨਹੀਂ ਚੇਂਜ ਕਰਨਾ ਪਊਗਾ। 30-40 ਸਿਮ ਲੈ ਲਾ ਆਈਡੀ। ਹਾਂ ਦੇ ਕੱਢ ਕੇ ਆਈਡੀ ਨਾਲ। ਨੰਬਰਾਂ ਦੀ ਸਿਲੈਕਸ਼ਨ ਹੋ ਰਹੀ ਹੈ, ਕਿਉਂ ਵੀ ਛੋਟੇ ਆਹ 0251 ਪਿੱਛੇ, ਆਹ 0052 0052 ਵਧੀਆ ਹੁੰਦੇ ਆ।
ਇੱਕ ਨੰਬਰ ਨੇ ਤਾਂ ਨਹੀਂ ਉਹ ਐਕਟਿਵ ਕਰਦਾ ਬਈ ਉਹ ਬੋਲਣਾ ਔਖਾ ਵਾਲ ਹੈ ਆ ਬੋਲਣਾ ਔਖਾ ਦੱਸੋ ਕਿਵੇਂ ਬੰਦਾ ਬਸ 3 5 4 3 00 2 1 अभी जो पहले लिया है वो हमने कुछ नहीं किया जस्ट सिंपल सिम है ਇਦੂ ਵਧੀਆ ਤੈਨੂੰ ਕਿੱਥੋਂ ਮਿਲਣੇ ਸੈਮੀ ਯਾਰ ਆਦੋਗੀ ਹੈ ਓਏ ਇਦੂ ਵਧੀਆ ਸੈਮ ਤੈਨੂੰ ਕਿੱਥੇ ਮਿਲਣੇ ਦੱਸ ਕੀ ਕਹਿੰਦੇ ਹੁੰਦੇ ਤੂੰ ਡਿਸਪੁਆਇੰਟਡ ਹੋਇਆ ਡਿਸਪੁਆਇੰਟਡ ਡਿਸਪੁਆਇੰਟ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ ਜਿਹੜੀ ਚੀਜ਼ ਕਹਿ ਕੇ ਲੈ ਕੇ ਆਇਆ ਉਵੇਂ ਹੋ ਗਈ ਨਾ ਹਾਂ ਵੀ ਇੱਥੇ ਮਿਲ ਅੱਛਾ ਇੱਕ ਨੰਬਰ ਅਨਲਿਮਿਟਡ ਫ੍ਰੀ ਵੀ ਆ ਹੈ ਇੱਕ ਲੈ ਅਨਲਿਮਿਟਡ ਤੂੰ ਲਾਈ ਸੋ ਸਮਝ ਕੇ ਆਪਸ ਵਿੱਚ ਹੀ ਗੱਲਾਂ ਕਰ ਲੋ ਹੈ ਨਾ ਅੱਛਾ ਇਹ ਵੀ ਸਿਸਟਮ ਆ ਘਰ ਵਾਲੀ ਨੂੰ ਤੁਸੀਂ ਫੋਨ ਲਾਓ ਤਾਂ ਹੱਦ 2 ਮਿੰਟ ਹੀ ਗੱਲ ਹੁੰਦੀ ਹੈ ਤੇ 3 ਮਿੰਟ ਕਲੇਸ਼ ਹੀ ਪੈਂਦਾ ਲਓ ਵੀ ਮਿੱਤਰੋ ਇਹ ਸੀਗਾ ਆਪਣਾ ਸੋਨਾਪੁਰ ਦਾ ਰਾਊਂਡ ਬਸ ਇੱਡੇ ਕੇ ਕੰਮ ਆਏ ਸੀ ਬਟ ਤੁਹਾਨੂੰ ਇੱਕ ਚੀਜ਼ ਦਿਖਾ ਦੀ ਸੋਨਾਪੁਰ ਹਾਂ ਮਾਹੌਲ ਬਣਾਇਆ ਪੂਰਾ ਇੱਦਾਂ ਨਾ ਬੰਦਾ ਫੜਦੇ ਆ ਰੂਮ ਦਿਖਾਉਂਦੇ ਅੰਦਰੋਂ ਕੀ ਆ ਬੰਦਾ ਫੜਦੇ ਭਾਈ ਇੱਧਰ ਨੂੰ ਤਾਂ ਬਹੁਤ ਰਸ਼ ਪੈਣਾ ਆਪਾਂ ਨੂੰ ਹਾਂ ਉੱਧਰ ਨੂੰ ਕੱਢਦੇ ਇੱਧਰ ਨੂੰ ਕੱਢ ਕੇ ਦੇਖੀ ਇੱਧਰ ਕੱਢਦੇ ਜੇ ਸਾਰੇ ਇੱਧਰ ਨੂੰ ਹੀ ਆ ਰਿਹਾ ਸਲੀਮ ਤੇ ਰਾਹ ਫਿਰ ਇਹੀ ਹੋਣਾ ਮੇਨ ਨਹੀਂ ਉੱਧਰ ਨੂੰ ਵੀ ਹੋਊਗਾ ਯਾਰ ਹੈ ਮੈਂ ਤਾਂ ਆਪਦੀ ਮਰਜ਼ੀ ਕਰੂੰ ਕਰ ਲਾ ਫਿਰ ਉਹ ਦੇਖੋ ਕੈਂਪ ਦੇ ਨਜ਼ਾਰੇ ਸਲੋ ਚੱਲ ਸਲੀਮ ਕੈਂਪ ਦਿਖਾਉਂਦੇ ਜਾਣਾ ਆਪਾਂ ਯਾਰ ਤੇ ਉਹ ਦੇ ਬੰਦੇ ਨਿਕਲਦੇ ਕੈਂਪਾਂ ਚੋਂ ਐ ਮਾਹੌਲ ਬਣਦਾ ਫਿਰ ਹੈ ਇਹ ਨਹੀਂ ਆਈਡੀ ਪਾ ਦਈਏ ਅੰਦਰ ਜਾਣਦੇ ਤਾਂ ਜਾਣਦੇ 2-4 ਬੱਸਾਂ ਲੱਗ ਗਈਆਂ ਡਿਊਟੀ ਆਫ ਹੋ ਗਈ 7 ਵਜ ਗਏ ਬੈਲਟ ਲਾਵੇਂ ਨਾ ਆਵਾਜ਼ ਨਾ ਆਵੇ ਆਪਾਂ ਗੱਲ ਤਾਂ ਤੇਰੀ ਪੱਕੀ ਆ ਸਲੀਮ ਯਾਰ ਕੈਮਰਾ ਫੜ ਗਿਆ ਸਟੇਅਰਿੰਗ ਛੱਡ ਕੇ ਕੈਮਰਾ ਫੜ ਲਾ ਸੀ ਲੈ ਭਾਈ ਅੱਗੇ ਕੈਂਪਾਂ 'ਚ ਕੁੜੀਆਂ ਨਹੀਂ ਦਿਖਦੀਆਂ ਹੁੰਦੀਆਂ
ਸਾਰਾ ਕੁਛ ਜੋ ਪਹਿਲਾਂ ਡਰ ਹੁੰਦਾ ਸੀਗਾ ਹੁਣ ਉਹ ਡਰ ਨੀ, ਹੁਣ ਸਾਰਿਆਂ ਨੂੰ ਮਤਲਬ ਈਜ਼ੀ ਹੋ ਗਿਆ ਮਾਹੌਲ ਸਾਰਾ ਕੈਂਪਾਂ ਦੇ ਵਿੱਚ। ਕ੍ਰਿਕਟ ਜਾਂਦੀ ਆ ਮੰਡੀ ਉਹ ਕਰੀ ਥੱਲੇ ਚੱਲ ਮੌਸਮ ਹੈ ਥੋੜਾ ਗਰਮੀ ਦਾ ਸ਼ਰਤਾਂ ਲੱਗਦੀਆਂ ਬਾਈ ਇਹਨਾਂ ਦੀਆਂ ਬੋਲੀਆਂ ਪੂਰੀਆਂ ਬਾਈ ਰੇਲ ਬੈਂਕ ਤੋਂ ਬਾਅਦ ਉਹ ਕਹਿੰਦਾ ਨਹੀਂ ਮੋਹਸਰਾ ਚ ਖੁੱਲਿਆ ਉਹ ਇੱਥੇ ਖੁੱਲਿਆ ਫਿਰ ਹਾਂ ਅਲਵੇਗ ਡਾਰਲਿੰਗ ਉਹ ਅਲਵੇਗ ਡਾਰਲਿੰਗ ਚਲੋ ਵੀ ਮਿਲਦੇ ਆ ਫਿਰ ਹੁਣ ਘਰੇ ਜਾ ਕੇ ਕਿਉਂ ਵੀ ਸਲੀਮ ਫੋਨ ਆਉਣ ਲੱਗ ਨੈਟ ਤੋਂ ਲੈ ਫੋਨ ਆਉਣ ਲੱਗ ਗਿਆ ਨੈਟ ਤੋਂ ਚਲ ਓਕੇ ਬਾਬਾ।